ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ 8 ਖੀਰੀਆਂ ਬੱਚੀਆਂ ਸੇਲ ਲਈ ਲੈ ਕੇ ਆਏ ਜੀ। ਆਓ ਪੁੱਛ ਲੈਂਦੇ ਬਾਈ ਤੋਂ ਡਿਟੇਲ ਅੱਜ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਵਧੀਆ, ਬਹੁਤ ਵਧੀਆ, ਚੱਲ ਵਧੀਆ ਚੱਲਦਾ ਕੰਮ ਕਾਰ, ਬਹੁਤ ਵਧੀਆ। ਨਾਮ ਤੇ ਐਡਰੈਸ ਹੋ? ਨਾਮ ਬਾਈ ਜੀ ਕੁਲਵਿੰਦਰ ਸਿੰਘ, ਪਿੰਡ ਘੂਲੀਆ ਖੁਰਦ, ਜ਼ਿਲ੍ਹਾ ਮੋਗਾ, ਤਹਿਸੀਲ ਨਿਹਾਲ ਸਿੰਘ ਵਾਲਾ, ਨੇੜੇ ਨੇੜੇ ਪਿੰਡ ਰਹਿੰਦਾ, ਵੱਡਾ ਘੂਲਗਾ ਦੁਨੇ ਕੇ। ਮੋਬਾਈਲ ਨੰਬਰ ਹੈਗਾ 97 819 35 553। ਠੀਕ ਆ ਬਾਈ। ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ, ਕਿੰਨੀ ਕੁ ਉਮਰ ਆ ਜੀ? ਇਹ ਬਾਈ ਜੀ ਸਾਰੀਆਂ ਖੀਰੀਆਂ ਬੱਚੀਆਂ ਇਹ। ਠੀਕ ਆ, 8 ਬੱਚੀਆਂ, 8 ਹੀ ਖੀਰੀਆਂ। ਤੇ ਚਾਰ ਚਾਰ ਹੀ ਥਾਣਾ ਸਾਰੀਆਂ ਦੇ। ਠੀਕ ਆ, ਫੂਡ ਛਾਂਗ ਨਹੀਂ, ਝੋਲੀ ਵਾਲੀਆਂ ਬੱਚੀਆਂ। ਤੇ ਬਾਕੀ ਹੁਣ ਜਿਵੇਂ ਆਹ ਬੱਚੀਆਂ ਹੈਗਾ, ਟੀਕਾ ਲੈਣ ਦੇ ਕਾਬਲ ਜੇ। ਸਹੀ ਗੱਲ ਆ, ਦੋ ਬੱਚੀਆਂ, ਇੱਕ ਆਹ, ਤਿੰਨ ਤਿੰਨ ਬਾਕੀ ਜਾਣੀ ਹੋਰ 2-3 ਮਹੀਨੇ ਤੱਕ ਟੀਕਾ ਲੈਂਦੀਆਂ ਲੈਂਦੀਆਂ ਨੇ। ਸਹੀ ਗੱਲ, ਕੁਆਲਿਟੀ ਥੋੜੇ ਸਾਹਮਣੇ ਆ। ਪਹਿਲੇ ਨੰਬਰ ਵਾਲੀ ਖੋਲ ਲਿਓ, ਬਾਹਰ ਦਿਖਾਣੇ ਮੜੀ ਤੋਰ ਕੇ ਨਾਲ ਝੋਲੀ ਰਖਾਣ, ਕੱਲਾ ਕੱਲਾ ਥਾਣਾ ਲੈ, ਪੂਰੀ ਵਿੱਤੀ ਦੇ ਥਾਣਾ ਬਈ। ਪਿੱਠ ਬੜਾ ਬਹੁਤ ਚੰਗਾ ਰਾਜੀ ਆ, ਟੀਕੇ ਦੇ ਤਕਰੀਬਨ ਫੇਸ ਬੜਾ ਪਿਆਰਾ, ਬੋਲੀ ਬਾਦੀ ਚੰਗੀ ਆ, ਸਨੱਖ ਬਣਾ ਬੱਚੀ ਦੇ ਵਿੱਚ, ਬਹੁਤ ਚੰਗਾ, ਚਮਕ ਵੀ ਚੰਗੀ ਆ ਯਾਰ ਬੱਚੀ ਦਾ। ਤੇ ਕੀ ਮੁੱਲ ਆ ਜਾਇਜ਼ਾ? ਮੁੱਲ ਡਾਕਟਰ ਆਪਾਂ ਫੋਨ ਤੇ ਕਰ ਲਾਂਗੇ। ਜੈ ਜੀ ਹੋ, ਜੈ ਜੀ ਹੁੰਦੇ ਮੁੱਲ ਤਾਂ ਆਪਣੇ। ਠੀਕ ਆ, ਤੇਰੇ ਸਾਹਮਣੇ ਹੀ ਵੇਖਦੀਆਂ। ਕਿਹੜਾ ਜੇ ਮੁੱਲ ਜ਼ਿਆਦਾ ਕਰਕੇ ਤਾਂ ਤੈਨੂੰ ਪਤਾ ਹੀ ਆ, ਫਿਰ ਮਾਲ ਖੜਾ ਹੀ ਰਹਿੰਦਾ। ਸਹੀ ਗੱਲ, ਕਿੱਲੇ ਤੇ। ਤੇ ਕਿਹੜੀ ਸੀਮਣ ਦੀ ਆ ਪਤਾ? ਇਹ ਸੀਮਨ ਨੀ ਡਾਕਟਰ ਯਾਰ, ਇਹਦਾ ਪਤਾ ਆਪਾਂ ਨੂੰ। ਅੱਛਾ, ਐਵੇਂ ਆਪਾਂ ਝੂਠ ਮਾਰ ਦਈਏ, ਸੀਮਨ ਸਾਰੀਆਂ ਦਾ ਹੀ ਨੀ ਪਤਾ? ਸੀਮਨ ਵਿੱਚ ਅੱਧੀਆਂ ਦਾ ਪਤਾ ਹੈਗਾ, ਜਿਹੜੀਆਂ ਦਾ ਪਤਾ ਹੈਗਾ ਉਹ ਆਪਾਂ ਦੱਸ ਦਿਆਂਗੇ ਮੌਕੇ ਤੇ। ਹਾਂ, ਜਦੋਂ ਬਾਈ ਫੋਨ ਲਾਊ। ਹਾਂ, ਕਹਾਂ ਕੋਈ ਫੋਨ ਲਾਊ ਉਦੋਂ ਆਪਾਂ ਦੱਸ ਦਿਆਂ, ਕੋਈ ਗੱਲ ਨੀ। ਠੀਕ ਆ, ਉਸਕ ਦਾ ਆਪਾਂ ਨੂੰ ਪਤਾ ਹੈਗਾ, ਜਿਹਦਾ ਨਹੀਂ ਪਤਾ ਉਹ ਆਪਾਂ ਕੋਲ ਤਿਆਰ ਨੀ ਕਰਦੇ। ਦੋ ਨੰਬਰ ਵਾਲੀ ਖੋਲ ਲਓ ਬਾਈ। ਬੱਚੀ ਇਹ ਵੀ ਚੰਗੀ ਆ ਬਈ, ਤਕਰੀਬਨ 2-2.5 ਮਹੀਨੇ ਸੇਵਾ ਹੋ ਗਈ, ਫੁੱਲ ਦੱਬ ਕੇ ਜੇ ਟੀਕਾ ਲੈ ਲੂ ਹਨਾ। ਹਾਂ, ਡਾਕਟਰ ਇਹਦੇ ਦੰਦ ਦਿਖਾਉਣ ਵਾਲੇ ਰਹਿ ਗਏ। ਦੰਦਾ ਪੋਦਾ ਵੀ ਦਿਖਾ ਪਾਉਂਗੇ। ਫੇਸ ਬੜਾ ਪਿਆਰਾ ਯਾਰ, ਲੈ ਦੰਦੋਂ ਬਈ ਸਾਰੀਆਂ ਖੀਰੀਆਂ ਨੇ, ਖੀਰੀਆਂ ਹੀ ਆ ਬਈ। ਕੀ ਬਾਤ ਆ, ਓਕੇ ਆ। ਫੇਸ ਬੜਾ ਪਿਆਰਾ, ਰੰਗ ਰੂਪ ਚੰਗਾ, ਪ੍ਰਿੰਟ ਪ੍ਰੁੰਟ ਬਹੁਤ ਚੰਗਾ ਬਈ, ਬਾਕੀ ਤੋਰਾ ਤਾਰਾ ਚੰਗਾ ਬੱਚੀ ਦਾ, ਸਮੀ ਪੜੀ ਆ, ਝੋਲੀ ਝੋਲੀ ਬਾਈ ਕਹਿੰਦਾ ਸਾਰੀਆਂ ਦੀ ਓਕੇ ਆ, ਸਾਰੀਆਂ ਖੀਰੀਆਂ ਨੇ। ਤਕਰੀਬਨ 9 ਮਹੀਨੇ ਦੀ ਬੱਚੀ ਆ ਡਾਕਟਰ, ਸਮੀ ਪਲੀ ਵੀ ਆ 9 ਮਹੀਨੇ। ਹਾਂਜੀ, ਠੀਕ ਆ, ਦੇਖ ਲਾ ਬਈ, ਹਾਈਟ ਲੈਂਥ ਬਹੁਤ ਚੰਗੀ ਬੱਚੀ ਦੀ। ਸਹੀ ਗੱਲ, ਗੋਲ ਗੋਲ ਪਈ ਆ ਸਾਰੇ। ਐਨੀ ਕਿਸੇ ਪਾਸੋਂ ਮੰਨ ਲਾ ਵੀ ਕਮੀ। ਸਹੀ ਗੱਲ ਆ ਬਈ, ਝੋਲੀ ਝੋਲੀ ਬਹੁਤ ਚੰਗੀ ਆ, ਝੋਲੀ ਬਹੁਤ ਚੰਗੀ ਆ, ਗੱਬੜਾਂ ਵਾਂਗੂ ਝੋਲੀ ਦੇ ਜਿਹੜੇ ਬਾਲ ਨੇ ਬਈ। ਤੇ ਬੱਚੀਆਂ ਬਾਈ ਕੋਲੇ ਸਾਰੀਆਂ ਚੰਗੀਆਂ ਨੇ ਬਾਈ, ਮੁੱਲ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆ ਇਸ ਵਾਰ ਵੀ, ਜਾਇਜ਼ ਹੁੰਦੇ ਆਪਣੇ। ਜੇ ਹੁਣ ਜ਼ਿਆਦਾ ਮੁੱਲ ਕਰਦੇ ਆ ਤੇ ਫਿਰ ਤੈਨੂੰ ਪਤਾ ਡੰਗਰ ਕਿੱਲੇ ਤੇ ਖੜਾ ਰਹਿੰਦਾ। ਸਹੀ ਗੱਲ ਆ ਬਾਈ, ਠੀਕ ਆ, ਆਪਾਂ ਜਾਇਜ਼ ਮੁੱਲ ਹੀ ਕਰਾਂ, ਇਹਦੇ ਦੰਦ ਦਿਖਾ ਦੇ ਮਾੜਾ ਜਿਹਾ, ਦਿਖਾ ਦੋ ਬਾਈ ਕੋਈ। ਲਓ ਜੀ, ਲੈ ਬਾਈ ਦੰਦ ਚੈੱਕ ਕਰ ਲਓ, ਖੀਰੀ ਆ ਨਾ ਜਮਾ, ਬਿਲਕੁਲ ਕੱਚੀ। ਠੀਕ ਆ ਬਾਈ, ਕੋਈ ਚੱਕਰ ਨਹੀਂ, ਫੇਸ ਚੰਗਾ, ਕੱਦ ਵਿੱਢ ਰੰਗ ਰੂਪ ਇਹਦਾ ਵੀ ਚੰਗਾ, ਟੀਕੇ ਦੇ ਕਾਬਲ ਆ, ਦੋਨੇ ਬੱਚੀਆਂ ਲਿਖਾਈਆਂ, ਦੋਨੇ ਚੰਗੀਆਂ। ਅੱਗੇ 3 ਨੰਬਰ ਆਈ ਖੋਲ ਲਓ ਬਾਈ, ਝੋਲੀ ਬੜੀ ਕਮਾਲ ਆ ਬਾਈ, 2 ਨੰਬਰ ਆਈ, ਢੁੱਲਾ ਢੁੱਲਾ ਦੇਖੋ, ਬਲ ਬੁਲ ਬਹੁਤ ਕਾਇਮ ਆ, ਕਿਆ ਬਾਤ ਆ, ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਥਾਣ। 1 ਸਾਲ ਕੁ ਤੱਕ ਦੀ ਉਮਰ ਆ ਬੱਚੀ ਦੀ। ਠੀਕ ਆ, ਹੁਣ ਥੋੜੀ ਜਿਹੀ ਹਲਕੀ ਤਾਂ ਹੈਗੀ ਆ, ਪਰ ਇਉਂ ਆ ਵੀ ਕੱਦ ਕੁੱਦ ਬਹੁਤ ਆ ਬੱਚੀ ਦਾ। ਮੈਂ ਕਹਿੰਦਾ ਬਾਈ ਇਹਨੇ ਚਾਰ ਚੂਰ ਖਾ ਕੇ, ਚਾਰ ਨਹੀਂ ਮੋਟੀਆਂ ਕਰਨੀਆਂ ਬਾਈ। ਹਾਂ, ਚਾਰ ਚੂਰ ਪੈ ਗਿਆ ਨਾ ਦੱਬ ਕੇ 1 ਮਹੀਨਾ ਬਾਈ, ਰੱਸੀਆਂ ਦੀ ਸੁਰਤੀ ਹੋਰ ਹੋ ਜੂਗੀ। ਤੇ ਚੰਗੀ ਆ ਬੱਚੀ, ਹਾਈਟ ਵਗੈਰਾ ਚੰਗੀ ਆ, ਝੋਲੀ ਚੰਗੀ ਆ, ਤੇ ਥੋੜੀ ਲੱਸੀ ਜ਼ਰੂਰ ਆ ਬਾਈ ਜੀ, ਥੋੜੀ ਜਿਹੀ ਹਲਕੀ ਜਿਹੀ, ਫੇਸ ਬੜਾ ਪਿਆਰਾ, ਪਰ ਹੈ ਵੀ ਖੀਰ ਕੋਈ ਦੰਦ ਆਪਾਂ ਚੈੱਕ ਕਰਾ ਦਿੰਦੇ। ਠੀਕ ਆ, ਹਾਂ ਬਾਈ ਖੀਰੀ ਆ, ਓਕੇ, ਦੰਦਾਂ ਜੋ ਬਾਈ ਬਿਲਕੁਲ ਖੀਰੀ ਆ, ਰੰਗ ਰੂਪ ਬਹੁਤ ਚੰਗਾ, ਤੋਰਾ ਤਾਰਾ ਚੰਗਾ, ਬਲ ਬੁਲ ਬਹੁਤ ਚੰਗੇ ਆ ਬਾਈ ਬੱਚੀ ਦੇ। 4 ਨੰਬਰ ਦੀ ਕਿੰਨੀ ਕੁ ਉਮਰ ਆ ਬਾਈ?
ਤਿਆਰ ਕਰਨਾ ਯਾਰ ਓਹਨੂੰ ਆਏ ਨੀ ਵੀ ਗਾਹਾਂ ਕੋਈ ਨਿਰਾਸ਼ਾ ਹੋਊਗੀ ਸਹੀ ਗੱਲ ਬੰਦੇ ਨੂੰ ਖਰਚਾ ਵੀ ਖਵਾਉਣਾ ਤੇ ਗਾਹਾਂ ਚ ਚੰਗੇ ਰੁਪਈਏ ਵੀ ਨਾ ਵੱਟੇ ਜਾਣ ਜਾਂ ਘਰੇ ਵੀ ਦੁੱਧ ਪਾਉਣਾ ਕੱਚੀ ਖੀਰੀ ਜਮਾ ਖੀਰੀ ਆ ਫੇਸ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਵੀ ਚੰਗਾ ਝੋਲੀ ਝੋਲੀ ਕਮਾਲਾ ਤੁਰਾ ਤਰਾ ਵੀ ਚੰਗਾ ਚੰਗੀਆਂ ਨੇ ਸਾਫ਼ ਸੁਥਰੀਆਂ ਬੱਚੀਆਂ ਹੋਰ ਡੇਢ ਦੋ ਮਹੀਨੇ ਤੱਕ ਟੀਕਾ ਲੈਂਦੀ ਬੱਚੀ ਆ ਹਾਂ ਬਹੁਤ ਥੋੜੀ ਸੇਵਾ ਭਾਲ ਦੀ ਹਾਂ ਥੋੜੀ ਸੇਵਾ ਟੀਕਾ ਇਹਨੇ ਸਿਹਤ ਵੀ ਲੈ ਜਾਣਾ ਕਿਉਂ ਆਪਾਂ ਕੱਚੀ ਜੀ ਉਮਰ ਦੀਆਂ ਬੱਚੀਆਂ ਲੈ ਕੇ ਰਾਜੀ ਆ ਬਾਈ ਜੇ ਬਾਲੀਆਂ ਆਪਾਂ ਡਬਲ ਜੀਆਂ ਬੱਚੀਆਂ ਲੈ ਕੇ ਕਈ ਵਾਰੀ ਰਿਪੀਟਡ ਦਾ ਹੁੰਦਾ ਹੁਣ ਆਪਾਂ ਨੂੰ ਇਹ ਆ ਵੀ ਕਿਸਾਨ ਵੀਰ ਕੋਈ ਵੀ ਮਿਹਨਤ ਕਰਦਾ ਉਹਦਾ ਮਿਹਨਤ ਦਾ ਫਲ ਮਿਲੇ ਹੁਣ ਸਹੀ ਗੱਲ ਆ ਬਾਈ ਕਿਸੇ ਨੇ ਪੈਸੇ ਕਿਵੇਂ ਦੇਣੇ ਹੁੰਦੇ ਕਿਸੇ ਨੇ ਕਿਵੇਂ ਦੇਣੇ ਅਗਲੇ ਦੇ ਰਾਸ ਆਵੇ ਕੰਮ ਯਾਰ ਸਹੀ ਗੱਲ ਆ ਬਾਈ ਮੇਨ ਗੱਲ ਤਾਂ ਇਹੀ ਆ ਬਾਈ ਹਨਾ ਜੇ ਹੁਣ ਆਪਾਂ ਬਾਲਣਾ ਡੀਫਰ ਜੀਆਂ ਬਾਲਣਾ ਵੱਡੀਆਂ ਕਹਿੰਦੇ ਹੁੰਦੇ ਉਹਦਾ ਫਰਕ ਇਹ ਵੀ ਰਿਪੀਟਰਾਂ ਹੁੰਦੀਆਂ ਰਿਪੀਟਰਾਂ ਹੁੰਦੀਆਂ ਠੀਕ ਜੇ ਹੁਣ ਕੱਚੀਆਂ ਦੋ ਦੋ ਘੱਟੇ ਖਾਂਦੇ ਟੀਕੇ ਲੈਂਦੀਆਂ ਬੱਚੀਆਂ ਸਹੀ ਗੱਲ ਆ ਬਾਈ ਪੰਜ ਨੰਬਰ ਬੱਚੀ ਝੋਲੀ ਇਹਦੀ ਵੀ ਦੂਰੋਂ ਚਮਕਦੀ ਆ ਥਣ ਕੱਲਾ ਕੱਲਾ ਬਾਈ ਤੇ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਫੇਸ ਬਹੁਤ ਚੰਗਾ ਬਾਈ ਫੇਸ ਪਿਆਰਾ ਬੋਲੀ ਬਾਦੀ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਚੰਗਾ ਇਹ ਹੈਗੀ ਡਾਕਟਰ 10 ਕੁ ਮਹੀਨੇ ਦੀ ਬੱਚੀ ਆ ਠੀਕ ਆ ਹਾਈਟ ਹੂਟ ਦੇ ਲਾ ਤੇਰੇ ਸਾਹਮਣੇ 10 ਮਹੀਨਿਆਂ ਦੀ ਹਜੇ ਸਾਰੀ ਉਮਰ ਆ ਬਾਈ ਝੋਲੀ ਚੰਗੀ ਆ ਥਣ ਚੰਗਾ ਰੰਗ ਰੂਪ ਚੰਗਾ ਤੇ ਮੁੱਲ ਆ ਜਿਹੜੇ ਫੋਨ ਤੇ ਹੋ ਜਾਣਾ ਮੁੱਲ ਜਮਾ ਜਾਇਜ਼ ਜਮਾ ਜਾਇਜ਼ ਹੀ ਹੁੰਦੇ ਆ ਬਾਈ ਬਹੁਤ ਚੰਗੀ ਆ ਕਮਾਲ ਆ ਬਾਕੀ ਦੰਦ ਇਹਦੇ ਵੀ ਚੈੱਕ ਕਰਾ ਦਿੰਦੇ ਆਪਾਂ ਦੰਦ ਦਿਖਾ ਦਿੰਦੇ ਬਾਈ ਖੀਰੀ ਹੋਈ ਆ ਜਮਾ ਖੀਰੀ ਆ ਓਕੇ ਦੰਦੇ ਆਵਾਂ ਬਾਈ ਕਿਸੇ ਨੇ ਦੂਰੋਂ ਆਉਣਾ ਹੁੰਦਾ ਠੀਕ ਆ ਅਗਲੇ ਨੂੰ ਆਪਾਂ ਵੀਡੀਓ ਸਾਰਾ ਕੁਝ ਸ਼ੋਅ ਕਰ ਦੇਈਦਾ ਅਗਲਾ ਗੇੜਾ ਆਉਣ ਲੱਗੇ 7 ਨੰਬਰ ਐ ਨਹੀਂ ਕਹ ਵੀ ਇੱਥੇ ਦੋਂਦੀ ਬੱਚੀ ਉਹ ਆਪਾਂ ਖੀਰੀ ਕਹਿ ਕੇ ਦੇ ਦੇਣ ਠੀਕ ਆ ਬਾਈ ਸਹੀ ਗੱਲ ਆ ਬਾਈ ਸਾਰੀਆਂ ਗੱਲਾਂ ਬਾਈ ਕਹਿੰਦਾ ਪਹਿਲਾਂ ਹੀ ਖੋਲ ਦੇਈਦੀਆਂ ਹਨ ਬਾਅਦ ਚ ਆਏ ਤੋਂ ਕੁਛ ਨਿਕਲੇ ਉਹ ਗੱਲ ਦਾ ਫਾਇਦਾ ਨਹੀਂ ਫੇਸ ਬੜਾ ਚੰਗਾ ਮਹੀਨੇ ਦੀ ਬੱਚੀ ਹੈ ਡਾਕਟਰ ਤੇ ਹਾਈਟ ਲੈਂਥ ਤੇਰੇ ਸਾਹਮਣੇ ਹੀ ਆ ਬਰਾਬਰ ਜੀ ਆਉਂਦੀ ਆ ਸਹੀ ਗੱਲ ਆ ਬਾਈ ਤੋਰਾ ਤੋਰਾ ਬਹੁਤ ਚੰਗਾ ਹੈ ਬੱਚੀ ਤਕਰੀਬਨ 3 ਕੁ ਮਹੀਨੇ ਤੱਕ ਵੱਧ ਤੋਂ ਵੱਧ ਟੀਕਾ ਲੈ ਲੈ ਬਾਕੀ ਜਿੰਨਾ ਮਰਜ਼ੀ ਅਗਲਾ ਵਜਨ ਕਰਾ ਲੇ ਹੋਰ ਹਾਈਟ ਵੀ ਕਰਾ ਦਾ ਵਜਨ ਤਾਂ ਬਈ ਖਰਾਕ ਨਹੀਂ ਕਰ ਖਰਾਕ ਨਾਲ ਹੀ ਖਰਾਕ ਦੱਬ ਕੇ ਜੇ 2 ਮਹੀਨੇ 4 ਖਾ ਕੇ ਬਿਲਕੁਲ ਬੱਚੀ ਨੇ ਤਿਆਰ ਹੋ ਜਾਣਾ ਬਾਈ ਕੱਚੀਆਂ ਬੱਚੀਆਂ ਦਾ ਜੋ ਕੀਰੀ ਆ ਬਾਈ ਕਹਿੰਦਾ ਜਮਾ ਕੱਚੀ ਉਮਰ ਆ ਹਨਾ ਕੋਈ ਐਵੇਂ ਨਹੀਂ ਹੈਗਾ ਵੀ ਪੱਕੜ ਆ ਗਈ ਕੋਈ ਚੱਕਰ ਨਹੀਂ ਫੇਸ ਚੰਗਾ ਬੋਦੀ ਬਾਦੀ ਚੰਗੀ ਆ ਸਨੱਖ ਹੋਣਾ ਬੱਚੀ ਦੇ ਵਿੱਚ ਬਹੁਤ ਚੰਗਾ ਬਾਈ ਅੱਗੇ 7 ਨੰਬਰ ਇਹਦੀ ਕਿੰਨੀ ਕੁ ਉਮਰ ਆ ਬਾਈ ਇਹ ਵੀ ਖੀਰ ਗਈ ਆ ਬੱਚੀ ਡਾਕਟਰ ਇਹ ਹੈਗੀ 9 ਕੁ ਮਹੀਨੇ ਦੀ ਬੱਚੀ ਆ ਠੀਕ ਆ ਝੋਲੀ ਬਹੁਤ ਚੰਗੀ ਆ ਯਾਰ ਝੋਲੀ ਪੂਰੀ ਚੰਗੀ ਗੁਲਾਬੀ ਥਾਣਾ ਸਹੀ ਗੱਲ ਆ ਕੱਲਾ ਗੁਲਾਬੀ ਭਾਲਦੇ ਆ ਲੋਕ ਗੁਲਾਬੀ ਥਾਣਾ ਕੀ ਬਾਤ ਆ ਬਾਈ ਖੋਲਦੇ ਮਾੜੀ ਤੋਰ ਦੀ ਪਿੰਕ ਨੋਜ਼ ਆ ਹਾਂ ਪਿੰਕ ਨੋਜ਼ ਆ ਪ੍ਰਿੰਟ ਪ੍ਰਿੰਟ ਕਰਨ ਵਾਲੀ ਦਾ ਬਹੁਤ ਚੰਗਾ ਚੰਗੀ ਆ ਸਾਫ਼ ਸੁਧਰੀ ਬੱਚੀ ਆ ਬਾਈ ਬਾਕੀ ਤੋਰਾ ਤਾਰਾ ਚੈੱਕ ਕਰਵਾ ਨੇ ਸਮੀ ਪਲੀ ਬਹੁਤ ਆ ਬੱਚੀ ਹਾਂ ਜੀ ਹਾਂ ਪੂਰੀ ਸਮੀ ਪਲੀ ਫੇਸ ਬੜਾ ਪਿਆਰਾ ਬਾਈ ਮੁੱਲ ਬਾਈ ਕਹਿੰਦਾ ਆਪਣੇ ਜਾਇਜ਼ ਹੀ ਹੋਣਗੇ ਬਾਈ ਹਨਾ ਮੁੱਲ ਤਾਂ ਬਈ ਜਾਇਜ਼ ਹੀ ਕਰਾਂਗੇ ਕਹਦਾ ਆ ਬਾਈ ਰੇਟ ਵੀ ਜਾਇਜ਼ ਹੋਊਗਾ ਤੇ ਕੁਆਲਿਟੀ ਵੀ ਮਿਲੂਗੀ ਕੁਆਲਿਟੀ ਵੀ ਮਿਲੂਗੀ ਜਿਹੜੀ ਗੱਲ ਆ ਬਾਕੀ ਆਏ ਨੇ ਵੀ ਛੋਟੀਆਂ ਜਾਂ ਕਤੂਰੀਆਂ ਜਾਂ ਬੱਚੀਆਂ ਹੋਣਗੀਆਂ ਕੱਦ ਵਾਲੀਆਂ ਬੱਚੀਆਂ ਸਹੀ ਗੱਲ ਆ ਬਾਈ ਚੰਗੀ ਆ ਸਮੀ ਪਲੀ ਆ ਬੱਚੀ ਤੋਰਾ ਤਾਰਾ ਵੀ ਚੰਗਾ ਗਾ ਝੋਲੀ ਦੀ ਵੀ ਸਾਫ਼ ਆ
ਅੱਗੇ ਲਾਸਟ ਤੇ ਝੋਲੀ ਬੜੀ ਚੰਗੀ ਆ ਦੀ ਯਾਰ ਹਨਾ ਬੱਚੀ ਸਾਰ ਕੋਈ ਇਹ ਵੀ ਚੰਗੀ ਆ ਬਾਕੀ ਚੌਂਕ ਚੌਂਕ ਥੋੜੇ ਸਾਹਮਣੇ ਸਹੀ ਗੱਲ ਆ ਬਾਈ ਇਹ ਹੈਗੇ ਤਕਰੀਬਨ ਡਾਕਟਰ 5 ਕਿ ਮਹੀਨੇ ਦੀ ਬੱਚੀ ਆ 5 ਮਹੀਨਿਆਂ ਦੀ ਇਹਦੀ ਸਿਰਫ ਉਮਰ ਆ ਬਾਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਮੀ ਪਲੀ ਵੀ ਗੋਲ ਹੀ ਪਈ ਚਾਰ ਚਪੇਰ ਸਹੀ ਗੱਲ ਆ ਸਮੀ ਪਲੀ ਚਮਕੀ ਰੱਖਦੀ ਆ ਬੱਚੀ ਵੀ ਸਮੀ ਵੀ ਬਹੁਤ ਜ਼ਿਆਦਾ ਫੇਸ ਬੜਾ ਪਿਆਰਾ ਹਨਾ ਫੇਸ ਬਹੁਤ ਚੰਗਾ ਕੁਆਲਿਟੀ ਚੰਗੀ ਆ ਠੀਕ ਆ ਬਾਈ ਬਾਕੀ ਤੋਰਾ ਤਾਰਾ ਵੀ ਚੰਗਾ ਝੋਲੀ ਦੀ ਵੀ ਸਾਫ਼ ਆ ਬਾਕੀ ਅੱਜ ਆਪਣੇ ਰੇਟ ਬਹੁਤ ਜਾਇਜ਼ ਰਹਿਣਗੇ ਜਿਹੜਾ ਲੈਗਾ ਲੈਗਾ ਤੇ ਜਿਹੜਾ ਰਹਿ ਗਿਆ ਉਹ ਗੱਲ ਹੀ ਹੋ ਜਾਣੀ ਹੈ ਬਸ ਬਾਈ ਆਹੀ ਗੱਲ ਚਾਹੀਦੀ ਆ ਬਾਈ ਕਹਿੰਦਾ ਜਿਹੜਾ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿੰਨੀ ਰੇਟ ਉਹੋ ਜਿਹੀ ਹੋਣ ਬਾਕੀ ਆਪਾਂ ਨੂੰ ਲਾਂਭਾ ਅੱਜ ਤੱਕ ਕਿਸੇ ਨੇ ਵੀ ਨਹੀਂ ਦਿੱਤਾ ਵੀ ਜੇ ਕੋਈ ਮੰਨ ਲਓ ਵੀ ਕਿਸੇ ਬੱਚੀ ਦੇ ਵਿੱਚ ਕੋਈ ਡਿਫਾਲਟ ਪਹਿਲੀ ਗੱਲ ਤਾਂ ਸਾਫ਼ ਸੁਥਰਾ ਪਹੁ ਲਈਦਾ ਆਪਣੀ ਇਹ ਕਿਉਂ ਵੈਟਰਨਰੀ ਦਾ ਮੇਰਾ ਵੀ ਕੀਤਾ ਵਾ ਤੇ ਆਪਾਂ ਸਾਫ਼ ਹੀ ਪਹੁ ਲੈਂਦੇ ਹਾਂ ਠੀਕ ਆ ਕਈ ਵਾਰੀ ਬਾਈ ਚਾਂਸ ਕੋਈ ਮੰਨ ਲਓ ਵੀ ਉਨੀ ਆਉਂਦੀ ਵੀ ਆਪਾਂ ਐਕਸਚੇਂਜ ਵੀ ਕਰ ਦਿੰਦੇ ਹਾਂ ਬੱਚੇ ਓਕੇ ਇਹ ਨੀ ਵੀ ਕੱਲ ਆਪਾਂ ਗੱਲ ਹੀ ਨੀ ਸੁਣਨੀ ਗੱਲ ਓਕੇ ਉਹ ਕੰਮ ਨੀ ਪਹਿਲੀ ਗੱਲ ਤਾਂ ਪ੍ਰੋਬਲਮ ਪਹਿਲੀ ਗੱਲ ਤਾਂ ਕੋਈ ਸਮੱਸਿਆ ਇਹਨਾਂ ਚ ਹੁੰਦੀ ਨੀ ਫੇਰ ਵੀ ਅਗਲੇ ਦੇ ਨਾਲ ਖੜੀ ਦਾ ਕੱਲ ਫੋਨ ਹੀ ਨੀ ਚੱਕਣਾ ਗੱਲ ਨੀ ਬਹੁਤ ਠੀਕ ਆ ਹਾਂਜੀ ਤੇ ਕਿਸੇ ਵੀਰ ਨੂੰ ਕੋਈ ਬੱਸੀ ਪਸੰਦ ਆਵੇ ਜੋੜਾ ਲੈਣਾ ਜੋੜਾ ਲੈ ਜੋ ਇਹੋ ਜਿਹਾ ਮੁੱਲ ਹੋ ਜੂਗਾ ਸਾਰੀਆਂ ਇਕੱਠੀਆਂ ਲੈਣੀਆਂ ਬਈ ਉਹ ਜਮਾ ਜਾਏਗਾ ਜੋ ਮਾਨਦਾਨ ਵੱਧ ਹੋ ਜਾਊਗਾ ਵੱਧ ਹੋ ਜਾਊਗਾ ਮਾਨਦਾਨ ਕੱਲੀ ਜੋ ਵੀ ਕਰਾਂ ਕੋਈ ਚੱਕਰ ਨਹੀਂ ਬਾਕੀ ਤੁਸੀਂ ਆਪਦੀ ਸਮਝ ਨਾ ਪਸ਼ੂ ਖਰੀਦਣਾ ਸਹੀ ਗੱਲ ਆ ਬਈ ਧੰਨਵਾਦ